ਬਹੁਤ ਵਧੀਆ ਬਹੁਤ ਵਧੀਆ। ਹਾਂ ਤਸਵੀਰਾਂ ਨੇ ਭਗਵੰਤ ਮਾਨ ਦੇ ਰੋਡ ਸ਼ੋਅ ਦੀਆਂ, ਜਿਹੜਾ ਕੱਢਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਗਾਤਾਰ ਵੱਡਾ ਉਤਸ਼ਾਹ ਜਿਹੜਾ ਹੈ ਵਰਕਰਾਂ ਦੇ ਵਿੱਚ ਮਿਲ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਇੱਥੇ ਪਹੁੰਚੇ ਹੋਏ ਨੇ। ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਉਹ ਭਗਵੰਤ ਮਾਨ ਦੇ ਰੋਡ ਸ਼ੋਅ ਦੀਆਂ ਨੇ। ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਇੱਥੇ ਪਹੁੰਚੇ ਨੇ, ਆਮ ਆਦਮੀ ਪਾਰਟੀ ਦੇ ਨਾਅਰੇ ਲਾਏ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਝੰਡਿਆਂ 'ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਇੱਥੇ ਪਹੁੰਚੇ ਨੇ। ਮੋਟਰਸਾਈਕਲਾਂ ਦਾ ਇਹ ਕਾਫਲਾ ਧੂਰੀ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ। ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਰੋਡ ਸ਼ੋਅ ਦਾ ਹਿੱਸਾ ਬਣੇ ਨੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ, ਅਤੇ ਰੋਡ ਸ਼ੋਅ ਜਿਹੜਾ ਇਹ ਨਿਰੰਤਰ ਜਾਰੀ ਹੈ। ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ। ਸੋ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਏ ਨੇ। ਧੂਰੀ ਦੇ ਵਿੱਚ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਗੀਤ ਜਿਹੜੇ ਨੇ ਉਹ ਰੋਡ ਸ਼ੋਅ ਦੇ ਵਿੱਚ ਵਜਾਏ ਜਾ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਭਗਵੰਤ ਮਾਨ ਦੇ ਲਈ ਲੋਕ ਇੱਥੇ ਪਹੁੰਚੇ ਨੇ। ਸੋ ਇਹ ਵੱਡਾ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਆਲਰੇਡੀ ਸਿਰਫ ਬਟਨ ਦਬਾ, ਵੋਟ ਤੋਂ ਪਹਿਲੇ ਡਾਲ ਚੁੱਕੇ
ਸੋ ਲਗਾਤਾਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋਅ ਦੀਆਂ। ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਸੋ ਇਹ ਕਾਫਲਾ ਜਿਹੜਾ ਹੈ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ। ਸੋ ਤੁਸੀਂ ਦੇਖ ਸਕਦੇ ਹੋ ਝਾੜੂ ਉਡਾ ਕੇ ਧੂਲ।
ਕਿ ਤੁਹਾਡੇ ਵਿੱਚ ਪਹੁੰਚ ਚੁੱਕੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਵਿੱਚ ਪਹੁੰਚ ਚੁੱਕੇ ਨੇ। ਚਲੋ ਜੀ ਚਲੋ, ਮੈਂ ਪੁਲਿਸ ਵਾਲਿਆਂ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਸਾਡੇ ਕਾਫਲੇ ਚੋਂ ਬਾਹਰ ਨਿਕਲ ਜਾਓ। ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ, ਤੁਸੀਂ ਸਾਡੇ ਕਾਫਲੇ ਨੂੰ ਸਲੋ ਕਰ ਰਹੇ ਹੋ। ਕਿਰਪਾ ਕਰਕੇ ਚਲੋ ਜੀ, ਚਲੋ ਜੀ, ਇਹ ਸਾਊਂਡ ਵਾਲੀ ਗੱਡੀ ਤੋੜ ਲਿਆ। ਚਲੋ 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 ਤੋੜ ਲਓ ਯਾਰ, ਚਲੋ ਇਨਕਲਾਬ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਝਾੜੂ ਦਿੱਤਾ ਰਾਜਨੀਤਿਕ ਗੰਦਗੀ ਨੂੰ ਸਾਫ਼ ਕਰਨ ਲਈ, ਉਹ ਤੁਹਾਨੂੰ ਮਿਲਣ ਲਈ ਆਏ ਨੇ। ਧੰਨਵਾਦ ਕਰ। ਚਲਾਓ 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 ਯਾਰ, ਜੇ ਸਿਕਿਉਰਿਟੀ ਵਾਲੇ ਕੌਣ ਨੇ ਯਾਰ? ਬਿਲਕੁਲ ਇਹ ਨਹੀਂ ਮਿਲਦਾ ਕੌਣ ਚਲਾਤਾ ਹੈ, ਕੌਣ ਬਦਲਤਾ ਹੈ, ਜੇ ਸਗਨੂਰ ਕਾ ਪਿਆਰ ਹੈ ਭਾਈ ਸਾਹਿਬ। ਚਲੋ ਜੀ ਚਲੋ ਚਲੋ, ਛੱਡ ਕੇ ਅਰਵਿੰਦ ਕੇਜਰੀਵਾਲ ਦੇ ਟਰੱਕ ਤੇ ਚੜ ਗਏ ਨੇ। ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਜਿਹੜੇ ਨੇ ਰੋਡ ਸ਼ੋਅ ਕੱਢ ਰਹੇ ਨੇ। ਵੱਡਾ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਵਰਕਰਾਂ ਦੇ ਵਿੱਚ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਲਗਾਤਾਰ ਰੋਡ ਸ਼ੋਅ ਤੁਹਾਨੂੰ ਦਿਖਾ ਰਹੇ ਹਾਂ। ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚੋਂ ਨਿਕਲ ਕੇ ਚੀਅਰ ਅਪ ਕਰ ਰਹੇ ਨੇ। ਭਗਵੰਤ ਮਾਨ ਨੂੰ ਤੁਸੀਂ ਦੇਖ ਸਕਦੇ ਹੋ, ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ। ਰੋਡ ਸ਼ੋਅ ਦੀਆਂ ਇਹ ਤਸਵੀਰਾਂ ਨੇ। ਵੱਡੀ ਗਿਣਤੀ ਦੇ ਵਿੱਚ ਧੂਰੀ ਦੇ ਬਾਜ਼ਾਰਾਂ ਦੇ ਵਿੱਚ ਵਰਕਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਹਰ ਬੰਦਾ ਹਰ ਪਾਰਟੀ ਨੂੰ ਗੱਲ ਕਰੋਂਗੇ। ਸੋ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਦੇਖਣ ਦੇ ਲਈ ਆਏ ਨੇ। ਤੁਸੀਂ ਦੇਖਿਆ ਪਹਿਲੀ ਵਾਰ ਦੇਖ ਰਹੇ ਹੋ ਅਰਵਿੰਦ ਕੇਜਰੀਵਾਲ ਨੂੰ ਇੱਥੇ? ਨਹੀਂ, ਪਹਿਲਾਂ ਵੀਡੀਓ 'ਚ ਦੇਖਿਆ। ਪਹਿਲਾਂ ਵੀਡੀਓ 'ਚ ਦੇਖਿਆ, ਹੁਣ ਸਾਹਮਣੇ ਦੇਖ ਰਹੇ ਹਾਂ। ਸਾਹਮਣੇ ਦੇਖ ਰਹੇ ਹਾਂ, ਪਹਿਲਾਂ ਵੀਡੀਓ 'ਚ ਦੇਖਿਆ। ਠੀਕ ਹੈ, ਚੰਗਾ ਕੰਮ ਕਰ ਰਹੇ ਨੇ? ਹਾਂ, ਬਹੁਤ ਵਧੀਆ ਕੰਮ ਕਰ ਰਹੇ ਨੇ। ਠੀਕ ਹੈ, ਸੋ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਵਰਕਰਾਂ ਦੇ ਵਿੱਚ। ਕੁੜੀਆਂ ਦੀਆਂ ਮੰਗਾਂ ਪੂਰੀਆਂ ਕਰ ਦੇਣ ਬਜ਼ੁਰਗਾਂ ਦੀਆਂ। ਵੋਟ ਪਾਵਾਂਗੇ ਵਿਧਵਾ ਦੀ ਪੁਲਿਸ ਬਜ਼ੁਰਗਾਂ ਦੇ ਹੀਲੇ ਕਰਨੇ ਚਾਹੀਦੇ। ਬਜ਼ੁਰਗਾਂ ਦੀਆਂ ਆਪਣੀਆਂ ਮੰਗਾਂ ਨੇ, ਉਹ ਵੀ ਕਹਿੰਦੇ ਨੇ ਕਿ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਪੈਨਸ਼ਨਾਂ ਜਿਹੜੀਆਂ ਨੇ ਉਹ ਸਹੀ ਹੋਣੀਆਂ ਚਾਹੀਦੀਆਂ ਨੇ। ਦਿੱਲੀ 'ਚ ਕਹਿੰਦੇ ਪੈਨਸ਼ਨ ਜ਼ਿਆਦਾ, ਪੰਜਾਬ 'ਚ ਘੱਟ ਹੈ। 750 ਹੈ ਪੰਜਾਬ 'ਚ, 750 ਦੇਖੋ ਕੀ ਬਣਦਾ। ਦਿੱਲੀ ਵਿੱਚ 2500 ਹੈ, ਜੋ ਸਿਰਫ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪੋਸੀਬਲ ਕੀਤਾ ਹੈ। ਪੰਜਾਬ 'ਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਉਂਦੀ ਹੈ ਤਾਂ ਵਾਅਦਾ ਹੈ ਕਿ 2500 ਰੁਪਏ ਪੈਨਸ਼ਨ ਹੋਏਗੀ ਬਜ਼ੁਰਗਾਂ ਲਈ। ਜਿਹੜੇ ਸਰਕਾਰੀ ਸਕੂਲ ਦਿੱਲੀ ਵਿੱਚ ਚੰਗੇ ਬਣੇ ਹਨ, ਪੰਜਾਬ ਵਿੱਚ ਵੀ ਸਰਕਾਰੀ ਸਕੂਲਾਂ ਦੀ ਕੰਡੀਸ਼ਨ ਉਦਾਂ ਹੀ ਵਧੀਆ ਹੋਏਗੀ। ਤੇ ਫੀਸਾਂ ਰੇਟ ਆ 1 ਰੁਪਿਆ ਬਿਜਲੀ ਦਾ ਯੂਨਿਟ ਦੇ ਰਹੇ ਆ, ਉਰੋਂ 9 ਪੈਸੇ ਖਰੀਦ ਕੇ ਪੰਜਾਬ ਵਾਲੇ 10 ਰੁਪਏ ਯੂਨਿਟ ਦੇ ਰਹੇ ਨੇ। ਪੰਜਾਬ ਦੇ ਵਿੱਚ 9 ਪੈਸੇ ਖਰੀਦ ਕੇ ਦਿੱਲੀ ਵਾਲੇ ਖਰੀਦ ਕੇ 1 ਰੁਪਿਆ ਯੂਨਿਟ ਦੇ ਰਹੇ ਆ। ਦਿੱਲੀ ਮਾਡਲ ਨੂੰ ਬਣਾਉਣਾ ਚਾਹੀਦਾ, ਮਤਲਬ ਬਿਲਕੁਲ ਬਣਾਉਣਾ ਚਾਹੀਦਾ। ਔਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ, ਅਸੀਂ ਦਿੱਲੀ ਦੇ ਦਿੱਲੀ ਵਾਲੇ ਸੁਖਦੇਵ ਸਿੰਘ ਢੀਂਡਸਾ ਸਭਾ ਦਾ MP ਹੈ, ਉਹਨਾਂ ਨੂੰ ਪੁੱਛਿਆ ਜਾਵੇ 5 ਕਰੋੜ ਕਿੱਥੇ ਦੇ ਰਹੇ ਨੇ। ਭਗਵੰਤ ਮਾਨ 5 ਕਰੋੜ ਰੁਪਏ ਇੱਥੇ ਵੰਡ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਦਾ MP ਹੋਣ ਦੇ ਬਾਵਜੂਦ 5 ਕਰੋੜ ਬਾਅਦ ਲੰਬੀ ਭੇਜ ਰਿਹਾ ਹੈ। ਸਰਕਾਰ ਬਣੇ ਹੋਏ ਕਾਂਗਰਸ ਦੇ, ਉਹਨਾਂ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਕਿਸ ਮੂੰਹ ਤੋਂ ਵੋਟਾਂ ਮੰਗਣਗੇ? ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, MP ਭਗਵੰਤ ਮਾਨ ਬਣਨਗੇ? ਤੁਹਾਨੂੰ ਤਸਵੀਰਾਂ ਜਿਹੜਾ ਮਿਲਿਆ 25 ਕਰੋੜ ਰੁਪਏ, ਔਰ ਇਹ ਭਗਵੰਤ ਮਾਨ ਨੇ ਹਸਪੀਟਲਾਂ ਲਈ, ਸਕੂਲਾਂ ਲਈ ਤੇ
एजुकेशन ली एंबूलेंस ली सारे कह ली दिता। सो तस्वीर ठीक है, तो तस्वीर तुम देख सकते हो लगातार जिहड़ियां ने रोड शो दियां ने अरविंद केजरीवाल जिहड़े ने संबोधन कर रहे ने, लोग सुन रहे ने, तुहानू दिखा दिंदे आ कि अरविंद केजरीवाल जिहड़े ने उह स्पीच कर रहे। शो अरविंद केजरीवाल दिल्ली के मुख्यमंत्री भगवंत मान का धूरी दियां ये तस्वीर ने तुसी देख सकते हो। दिल्ली के मुख्यमंत्री अरविंद केजरीवाल जी तुहाडे विच पहुंच चुके ने, सो तुसी देख सकते हो धूरी के बाजारां दे विचों ते निकलदा होया एक काफला। केजरीवाल जी तुहाडे विच पहुंच चुके ने।